तुम्हारा रसकश करंट लग गया, खैर कोई बात नहीं, तुम्हारा रसकश करंट लग गया, खैर कोई बात नहीं, तुम्हारा रसकश करंट लग गया। ਮੋਦੀ ਦੀਆਂ ਬੁਰਾਈਆਂ ਕਰਦੇ ਜਿਸ ਸ਼ਖਸ ਨੇ ਹੁਣੇ ਹੁਣੇ ਤੁਹਾਡੇ ਸਾਹਮਣੇ ਕਰੰਟ ਖਾਧਾ, ਇਹ ਜਨਾਬ ਨੂੰ ਤੁਹਾਡੇ ਚੋਂ ਕਈ ਜਾਣਦੇ ਵੀ ਹੋਣਗੇ। ਇਹਨੇ ਪਾਕਿਸਤਾਨ ਦੇ ਬੜਬੋਲੇ ਰੇਲ ਮੰਤਰੀ ਸ਼ੇਖ ਰਸ਼ੀਦ, ਜੋ ਭਾਰਤ ਸਰਕਾਰ ਵੱਲੋਂ ਜੰਮੂ ਕਸ਼ਮੀਰ 'ਚ ਧਾਰਾ 370 ਦੇ ਖਤਮ ਹੋਣ ਤੋਂ ਬਾਅਦ ਹੀ ਭਾਰਤ ਖਿਲਾਫ਼ ਇੱਕ ਤੋਂ ਬਾਅਦ ਇੱਕ ਭੜਕਾਊ ਬਿਆਨ ਦੇ ਰਹੇ ਨੇ। ਇਸ ਜਨਾਬ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਸੀ ਕਿ ਅਕਤੂਬਰ ਤੱਕ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਵੀ ਹੋ ਸਕਦੀ ਹੈ, ਤੇ ਹੁਣ ਬੀਤੇ ਦਿਨੀ ਇਹਨਾਂ ਦਾ ਇਹ ਵੀਡੀਓ ਵਾਇਰਲ ਹੋ ਗਿਆ, ਜਿੱਥੇ ਸਟੇਜ ਤੇ ਚੜ ਕੇ ਰੇਲ ਮੰਤਰੀ ਜੀ ਮੋਦੀ ਖਿਲਾਫ ਬੋਲ ਰਹੇ ਸਨ ਤੇ ਉਸੇ ਹੀ ਪਲ ਉਹਨਾਂ ਨੂੰ ਜ਼ੋਰਦਾਰ ਕਰੰਟ ਲੱਗ ਗਿਆ ਮਾਈਕ ਦੇ ਨਾਲ। ਹਮ ਤੁਹਾਡੀ ਮੋਦੀ ਨੀਅਤੋਂ ਸੇ ਵਾਕਿਫ ਹੈ, ਤੁਹਾਡਾ ਰਸਕਸ਼ ਕਰੰਟ ਲੱਗ ਗਿਆ, ਖੈਰ ਮੇਰਾ ਖਿਆਲ ਹੈ ਕਰੰਟ ਆ ਗਿਆ। ਇਹ ਮੋਦੀ ਇਸ ਜਲਸੇ ਕੋ ਨਾਕਾਮ ਨਹੀਂ ਕਰ ਸਕਦਾ, ਤੁਹਾਡਾ ਰਸਕਸ਼ ਕਰੰਟ ਲੱਗ ਗਿਆ, ਖੈਰ। ਉੱਥੇ ਇਸ ਵੀਡੀਓ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੇ ਬਾਅਦ ਲੋਕ ਕਲੋਲਾ ਕਰਨ ਤੋਂ ਵੀ ਪਿੱਛੇ ਨਹੀਂ ਹਟੇ। ਕਹਿੰਦੇ ਜੀ ਮੋਦੀ ਨੇ ਮਾਈਕ 'ਚੋਂ ਪਾਕਿਸਤਾਨ ਦੇ ਰੇਲ ਮੰਤਰੀ ਨੂੰ ਕਰੰਟ ਮਾਰਿਆ ਹੈ। ਕਾਬਿਲੇ ਗੌਰ ਹੈ ਕਿ ਰੇਲ ਮੰਤਰੀ ਸ਼ੇਖ ਰਸ਼ੀਦ ਦੇ ਬੀਤੇ ਦਿਨੀ ਲੰਡਨ 'ਚ ਆਂਡੇ ਵੀ ਵੱਜੇ ਸਨ ਤੇ ਕੁੱਟਮਾਰ ਵੀ ਹੋਈ ਸੀ। ਉਧਰ ਇਸ ਘਟਨਾ ਪਿੱਛੋਂ ਮੌਕੇ ਤੇ ਚਾਰੇ ਪਾਸੇ ਹਾਸਾ ਪੈ ਗਿਆ ਤੇ ਉਸ ਤੋਂ ਬਾਅਦ ਵੀ ਇਹ ਮੰਤਰੀ ਆਖਦਾ ਰਿਹਾ ਮੋਦੀ ਇਸ ਜਲਸੇ ਨੂੰ ਇਸ ਤਰ੍ਹਾਂ ਨਾਕਾਮ ਨਹੀਂ ਕਰ ਸਕਦਾ ਤੇ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ, ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।